ਸੋ ਇਸੇ ਮੁੱਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਕਾਂਗਰਸ ਦੇ ਮੋਹਾਲੀ ਤੋਂ ਐਮਐਲਏ ਬਲਵੀਰ ਸਿੰਘ ਸਿੱਧੂ ਜੁੜ ਗਏ ਨੇ। ਸਿੱਧੂ ਸਾਹਿਬ ਜੋ ਪੰਜਾਬ ਸਰਕਾਰ ਵੱਲੋਂ 7 ਮੁੱਖ ਸੰਸਦੀ ਸਕੱਤਰਾਂ 'ਚ ਨਿਯੁਕਤ ਕੀਤੇ ਗਏ ਨੇ, ਪੰਜਾਬ ਸਰਕਾਰ ਦਾ ਖਜ਼ਾਨਾ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ, ਇਸ ਫੈਸਲੇ ਬਾਰੇ ਤੁਸੀਂ ਕੀ ਕਹੋਗੇ? ਇਸ ਤਰ੍ਹਾਂ ਹੈਗਾ ਕਿ ਪੰਜਾਬ ਪਹਿਲਾਂ ਜਿਹੜੇ ਮੰਤਰੀ ਨੇ ਬਹੁਤ ਲੁੱਟੀ ਹੈਗਾ, ਠੀਕ ਹੈ ਨਾ, ਇਹ ਨਵੇਂ ਸੱਤ ਹੋ ਰਹੇ ਨੇ ਖੜੇ ਕਰਦੇ ਹੈ, ਉਹਨਾਂ ਨੂੰ ਵੀ ਮੇਰੇ ਖਿਆਲ ਜੋ ਵਿਚਾਰੇ ਉਹ ਭੁੱਖੇ ਸੀਗੇ ਉਹਨਾਂ ਨੂੰ ਵੀ ਅੱਡੀ ਕਰਤਾ ਹੈਗਾ, ਅੱਗੇ 12-12 ਹਜ਼ਾਰ 20 ਹਜ਼ਾਰ ਦੇ ਘਟਾਲੇ ਹੋ ਰਹੇ ਨੇ, ਠੀਕ ਹੈ ਨਾ। ਔਰ ਪੰਜਾਬ ਦੇ ਜਿਹੜੇ ਲੋਕ ਨੇ ਵਿਚਾਰੇ ਅਸੀਂ ਲੁੱਟੀ ਜਾਂਦੇ ਹਾਂ, ਉਹ ਬੁਢਾਪਾ ਪੈਨਸ਼ਨ ਦੱਸ ਰਹੇ ਨੇ, ਔਰ ਸਾਰਾ ਖੁਦਕੁਸ਼ੀ ਕਰਨ ਦੇ ਰਾਹ ਤੁਰ ਰਹੇ ਨੇ, ਇਹ ਆਪਣੇ ਬੱਚਿਆਂ ਨੂੰ ਐਕਸ਼ਨ ਕਰਾਉਣ ਦੀ ਜ਼ਰੂਰਤ ਬਹੁਤ ਪਾਉਣ ਜਾ ਰਹੇ ਨੇ, ਠੀਕ ਹੈ ਨਾ, ਆਪਣੇ ਮਤਲਬ ਖੁਸ਼ ਕਰਨਾ ਨੀ, ਕਰੋ ਇਹਨਾਂ ਨੂੰ ਪਹਿਲਾਂ ਸੱਤਾਂ ਨੂੰ ਰਿਜ਼ਾਇਨ ਕਰਾ ਦੇਣਾ, ਸੱਤ ਨਵੇਂ ਭਰਤੀ ਕਰਨ ਦੀ ਬਜਾਏ ਸੱਤ ਪਹਿਲਾਂ ਉਹਨਾਂ ਨੂੰ ਰਿਜ਼ਾਇਨ ਕਰਾ ਦੇਣਾ, ਇਹ ਤਾਂ ਨੀ ਕਿ ਲੋਕਾਂ ਦੇ ਬੋਝ ਪਾਉਣ, ਇਸ ਲਈ ਪੰਜਾਬ ਦੇ ਲੋਕਾਂ ਨੂੰ ਮਾਫ਼ ਨੀ ਕਰਨਗੇ, ਇਹ ਇਹਨਾਂ ਨੇ ਸਿੱਧੇ ਤੌਰ ਤੇ ਪੰਜਾਬ ਦੀ ਲੁੱਟ ਕਰਨ ਵਾਸਤੇ ਨਵੇਂ ਸੱਤ ਨਵੇਂ ਪੈਦਾ ਕੀਤੇ ਨੇ, ਬਹੁਤ ਹੀ ਮੰਦਭਾਗੀ ਗੱਲ ਹੈ। ਜੀ ਜੀ, ਪਰ ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਉਹਨਾਂ ਵੱਲੋਂ 12 ਮੁੱਖ ਸੰਸਦੀ ਸਕੱਤਰ ਲਗਾਏ ਗਏ ਸਨ, ਤੁਹਾਨੂੰ ਨਹੀਂ ਲੱਗਦਾ ਕਿ ਇਹ ਪਿਰਤ ਕੈਪਟਨ ਸਾਹਿਬ ਨੇ ਸ਼ੁਰੂ ਕੀਤੀ ਹੈ? ਉਹ ਗੱਲ ਇਹ ਹੈਗੀ ਆ ਕਿ ਵੀ ਸਮੇਂ ਸਮੇਂ ਦੀ ਲੋੜ ਹੁੰਦੀ ਹੈ, ਕੈਪਟਨ ਸਾਹਿਬ ਬੜੇ ਖਜ਼ਾਨਾ ਭਰਪੂਰ ਸੀਗਾ, ਠੀਕ ਹੈ ਨਾ, ਔਰ ਉਦੋਂ ਇਲੈਕਸ਼ਨ ਤੋਂ ਪਹਿਲਾਂ ਇਹ ਪੋਚਾ ਕਰਦੇ ਗਏ ਸੀਗੇ ਜੀ, ਸੀ ਅੱਜ ਖਜ਼ਾਨੇ ਦੀ ਪੋਜੀਸ਼ਨ ਕਿੱਥੇ ਖੜੀ ਹੈ ਜੀ, ਅੱਜ ਰੋਜ਼ ਇਹਦੇ ਘਟਾਲੇ ਖਬਰਾਂ 'ਚ ਆ ਰਹੇ ਨੇ, ਇਹ ਸਰਕਾਰ ਕੋਲ ਜਵਾਬ ਕੋਈ ਨਹੀਂ ਹੈ ਜੀ, ਤੇ ਦੂਸਰੇ ਪਾਸੇ ਲੋਕਾਂ ਨੂੰ ਤਨਖਾਹ ਦੇਣ ਨੂੰ ਪੈਸਾ ਇਹਨਾਂ ਕੋਲ ਕੋਈ ਨਹੀਂ ਹੈ ਜੀ, ਜਿਹੜੇ ਲੋਕਾਂ ਦੀ ਗਰੰਟੀ ਆ ਜਾਂ ਲੋਕਾਂ ਦੇ ਜਿਹੜੇ ਬੱਚੇ ਉਹ ਦੇਣ ਵਾਸਤੇ ਸਰਕਾਰ ਕੋਲ ਪੈਸਾ ਕੋਈ ਨਹੀਂ ਹੈ, ਇਹਨਾਂ ਵਾਸਤੇ ਘੱਟੋ ਘੱਟ ਵੀ 5-10 ਲੱਖ ਰੁਪਏ ਇੱਕ ਮਹੀਨੇ ਦਾ ਸੀਪੀਐਸ ਪੈਣਾ। ਔਰ ਦੂਸਰੀ ਗੱਲ ਇਹ ਕਿ ਪ੍ਰਕਾਸ਼ ਸਿੰਘ ਬਾਦਲ ਹੈਲੀਕਾਪਟਰ ਦਾ ਬਲ ਦੇ ਤੇਲ ਹੀ ਪੂਰਾ ਹਰਦੇ, ਇਹਨਾਂ ਦੇ ਪੈਸੇ ਕਿੱਥੋਂ ਪੂਰੇ ਹੋਣੇ ਜੀ ਜੀ। ਪਰ ਪੰਜਾਬ ਕਾਂਗਰਸ ਜੀ ਜੀ ਸਿੱਧੂ ਸਾਹਿਬ, ਪਰ ਪੰਜਾਬ ਕਾਂਗਰਸ ਵੱਲੋਂ ਇਸ ਫੈਸਲੇ ਦੇ ਵਿਰੁੱਧ ਕੋਈ ਯੋਜਨਾ ਅੱਗੇ ਉਲੀਕੀ ਜਾਵੇਗੀ, ਇਸ ਦਾ ਵਿਰੋਧ ਕੀਤਾ ਜਾਵੇਗਾ? ਬਿਲਕੁਲ, ਦੇਖੋ ਜੀ, ਅਸੀਂ ਤਾਂ ਸ਼ਹਿਰ ਤੋਂ ਮੈਂ ਤੁਹਾਡੇ ਕਹਿ ਰਿਹਾ ਕਿ ਵੀ ਪੰਜਾਬ ਦੀ ਬਹੁਤ ਵੱਡੀ ਲੁੱਟ ਕਰਨ ਵਾਸਤੇ ਹੋ ਸਕਦਾ ਪੈਦਾ ਕਰਦੇ ਇਹਨਾਂ ਨੇ, ਅਸੀਂ ਇਹਨੂੰ ਪੂਰੇ ਜ਼ੋਰ ਨਾਲ ਪ੍ਰੋਟੈਸਟ ਕਰਾਂਗੇ, ਅਪੋਜ ਕਰਾਂਗੇ। ਜੀ ਜੀ, ਸੋ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ। ਥੈਂਕ ਯੂ, ਥੈਂਕ ਯੂ।